ਸਤਿ ਸ਼੍ਰੀ ਅਕਾਲ ਜੀ ਅਕਾਲ ਚੈਨਲ ਤੇ ਹਾਜ਼ਰ ਹੋਏ ਹੁਣ ਤੱਕ ਦੀ ਅਪਡੇਟ ਲੈ ਕੇ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ ਹੈ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਅੰਦੋਲਨ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਣਾ ਹੈ ਸਾਰੀ ਰਣਨੀਤੀ ਬਣਾਈ ਗਈ ਹੈ ਸਾਰੀਆਂ ਤਰੀਕਾਂ ਤੁਹਾਨੂੰ ਤਰਤੀਬ ਵਾਈਜ਼ ਦੱਸ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀ ਬਣਾਈ ਗਈ ਹੈ ਸੋ ਦੱਸ ਦਈਏ ਕਿ 15 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਮੂਹ ਕਿਸਾਨਾਂ ਦੇ ਨਾਲ ਡੀਜ਼ਲ ਪੈਟਰੋਲ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਖਿਲਾਫ ਡੀਸੀ ਅਤੇ ਐਸਡੀਐਮ ਨੂੰ ਮੰਗ ਪੱਤਰ ਦਿੱਤੇ ਜਾਣਗੇ ਸੋ ਪੰਜਾਬ ਭਰ ਦੇ ਵਿੱਚ ਇਹ ਜੋ ਰਣਨੀਤੀ ਬਣਾਈ ਗਈ ਹੈ ਕਿ ਸਾਰੇ ਡੀਸੀ ਤੇ एसडीएम ਨੂੰ ਮੰਗ ਪੱਤਰ ਦਿੱਤੇ ਜਾਣਗੇ ਡੀਜ਼ਲ ਤੇ ਪੈਟਰੋਲ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਵੀ ਰਾਹਤ ਮਹਿਸੂਸ ਹੋ ਸਕੇ ਸੋ 17 ਤਰੀਕ ਨੂੰ ਕਨਵੈਨਸ਼ਨ ਕੀਤੀ ਜਾਵੇਗੀ ਜਿਸ ਦੇ ਵਿੱਚ 26 ਜਨਵਰੀ ਨੂੰ ਜੋ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਕਾਮਯਾਬ ਬਣਾਉਣਾ ਹੈ 17 ਮਾਰਚ ਨੂੰ ਇਹ ਕਨਵੈਨਸ਼ਨ ਕੀਤੀ ਜਾਵੇਗੀ ਸੋ 19 ਮਾਰਚ ਨੂੰ ਮੁਜਾਰਾ ਲਹਿਰ ਨੂੰ ਸਮਰਪਿਤ ਅਤੇ ਐਫਜ਼ੀਆਈ ਖੇਤੀ ਬਚਾਓ ਲਹਿਰ ਨੂੰ ਸਮਰਪਿਤ 19 ਮਾਰਚ ਦਾ ਦਿਨ ਹੋਵੇਗਾ ਇਸ ਦਿਨ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਵੱਲੋਂ ਇਹ ਜੋ ਕਾਨੂੰਨ ਨੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਮੋਰਚੇ ਦੇ ਵਿੱਚ ਜੁੜਨ ਦੇ ਲਈ ਸੱਦਾ ਦਿੱਤਾ ਗਿਆ ਹੈ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਇਸ ਦਿਨ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ਨੌਜਵਾਨਾਂ ਨੂੰ ਇਸ ਅੰਦੋਲਨ ਦੇ ਵਿੱਚ ਜੋ ਬੁਲਾਇਆ ਗਿਆ ਹੈ ਇੱਕ ਸੱਦਾ ਦਿੱਤਾ ਗਿਆ ਕਿ ਵੱਧ ਤੋਂ ਵੱਧ ਨੌਜਵਾਨ ਕਿਸਾਨੀ ਅੰਦੋਲਨ ਦੇ ਵਿੱਚ ਜੁੜਨ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਜਾਵੇਗਾ ਸੋ ਇਸ ਦੇ ਨਾਲ ਹੀ 26 ਮਾਰਚ ਨੂੰ ਇਸ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਨੂੰ ਡਟਿਆ ਹੋਇਆਂ ਨੂੰ 4 ਮਹੀਨੇ ਪੂਰੇ ਹੋ ਜਾਣੇ ਨੇ ਸੋ ਜਿਹੇ ਵਿੱਚ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਖੇਤੀ ਕਾਨੂੰਨਾਂ ਦਾ ਇਸ ਦਿਨ ਵਿਰੋਧ ਹੋਵੇਗਾ ਪ੍ਰਦਰਸ਼ਨ ਹੋਣਗੇ ਤੇ ਭਾਰਤ ਇੱਕ ਵਾਰ ਫਿਰ ਤੋਂ ਬੰਦ ਹੋਵੇਗਾ 26 ਮਾਰਚ ਵਾਲੇ ਦਿਨ 28 ਮਾਰਚ ਨੂੰ ਹੋਲੀ ਵਾਲੇ ਦਿਨ ਇਹ ਜੋ ਕਾਲੇ ਕਾਨੂੰਨ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਪ੍ਰਦਰਸ਼ਨ ਹੋਣਗੇ ਜਗ੍ਹਾ ਜਗ੍ਹਾ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਇਹਨਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤੇ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ ਦੱਸ ਦਈਏ ਕਿ ਤਰਤੀਬ ਵਾਈਜ਼ ਸਾਰੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਜੋ ਪ੍ਰਦਰਸ਼ਨ ਹਨ 15 ਮਾਰਚ ਤੋਂ ਲੈ ਕੇ 28 ਮਾਰਚ ਤੱਕ ਦੀ ਕੀ ਰਣਨੀਤੀ ਹੋਵੇਗੀ ਕਿਸਾਨ ਜਥੇਬੰਦੀਆਂ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ ਸੋ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਨੌਜਵਾਨਾਂ ਨੂੰ ਤੇ ਆਮ ਲੋਕਾਂ ਨੂੰ ਜੁੜਨ ਦੇ ਲਈ ਸੱਦਾ ਦਿੱਤਾ ਗਿਆ ਹੈ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਕਿਸਾਨੀ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਨ ਅਤੇ ਕਿਸਾਨਾਂ ਦੇ ਨਾਲ ਹੋਣ ਦੀ ਆਮ ਲੋਕਾਂ ਵੱਲੋਂ ਵੀ ਗੱਲ ਕੀਤੀ ਜਾ ਰਹੀ ਹੈ ਇਸੇ ਦੇ ਚੱਲਦੇ ਜਿੱਥੇ ਆੜਤੀਏ ਵਰਗ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਉੱਥੇ ਟਰਾਂਸਪੋਰਟਰਸ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨੇਤਰ ਦੇ ਸਾਫ਼ ਦਿਖਾਈ ਦਿੰਦੇ ਹਨ ਅੱਜ ਕੇ ਮੀਟਿੰਗ ਕੇ ਜੋ ਪ੍ਰਧਾਨ ਜੀ ਰਹੇ ਬੂਟਾ ਸਿੰਘ ਗੁਰਜਗਿੱਲ ਜੀ ਪੰਜਾਬ ਸੇ ਮੈਂ ਹੂੰ ਕਵਿਤਾ ਕੁਰੂਗੰਟੀ ਕਰਨਾਟਕਾ ਸੇ ਡਾਕਟਰ ਆਸ਼ਿਸ਼ ਮਿੱਟਲ ਹੈ ਉੱਤਰ ਪ੍ਰਦੇਸ਼ ਸੇ ਔਰ ਜਸਬੀਰ ਜੀ ਹੈ ਹਰਿਆਣਾ ਸੇ ਜਸਬੀਰ ਬੱਡੀ ਜੀ ਔਰ ਹਾਂ इतने लोग आज के प्रेस कॉन्फ्रेंस में हैं। मैं बूटा सिंह जी को माइक दे रही हूँ। सारे प्रेस वाले साथियों का बहुत बहुत धन्यवाद जिहड़ा साडे प्रोग्राम नूं लगातार लोकां तक लिजाण दे लई वड्डा योगदान पा रहे हैं। असीं संयुक्त मोर्चे वल्लों उहनां दा धन्यवाद करदे हां। अज संयुक्त मोर्चे की मीटिंग हुई है। मीटिंग दे विच असीं कई प्रोग्राम ऐलाने हां। सब तो पहला 15 मार्च नूं डीजल पेट्रोल गैस जिहड़ी असमानां नूं छू रही है आम लोकां दी पहुंच तो बाहर हुंदा जा रहा इन्हां दे विरोध दे विच नाल कारपोरेट ते निजीकरण विरोधी दिन खास करके जिहड़ा रेलवे दा निजीकरण हो रहा है वो ट्रेड यूनियनां दे नाल जिहड़ियां रेलवे दीआं उहनां नाल मिल के असीं उहनां दी पूरी सपोर्ट कर रहे हां। ਸਾਂਝਾ ਪ੍ਰੋਗਰਾਮ ਇਹ 15 ਤਰੀਕ ਨੂੰ ਅਸੀਂ ਕਰ ਰਹੇ ਹਾਂ। ਸਾਰੇ ਜਿਹੜੇ ਰੇਲਵੇ ਵਾਲੇ ਆ ਤੇ ਨਾਲ ਜਿਹੜੇ ਸਾਡੇ ਸੰਯੁਕਤ ਮੋਰਚੇ ਵਾਲੇ ਕਿਸਾਨ ਹੋਣਗੇ ਉਹ ਰੇਲਵੇ ਸਟੇਸ਼ਨਾਂ ਤੇ ਜਾ ਕੇ ਉਹਨਾਂ ਨੂੰ ਬਣਾਇਆ ਹੋਇਆ ਵਿਰੋਧ ਕਰਨ ਦਾ ਤੇ ਨਾਲ ਅਸੀਂ ਜਿਹੜੇ ਮੰਗ ਪੱਤਰ ਜਿੱਥੇ ਐਸਡੀਐਮ ਨੂੰ ਦਿੱਤਾ ਜਾਂਦਾ ਐਸਡੀਐਮ ਨੂੰ ਤੇ ਜਿੱਥੇ ਡੀਸੀ ਨੂੰ ਦਿੱਤਾ ਜਾਂਦਾ ਡੀਸੀ ਨੂੰ ਤੇ ਬਾਕੀ ਜੋ ਮੋਰਚੇ ਪੰਜਾਬ ਦੇ ਵਿੱਚ ਚੱਲ ਰਹੇ ਆ ਉਹਨਾਂ ਮੋਰਚਿਆਂ ਤੇ ਵੀ ਇਹ ਜਿਹੜਾ 15 ਮਾਰਚ ਹੈ ਡੀਜ਼ਲ ਗੈਸ ਪੈਟਰੋਲ ਤੇ ਨਿੱਜੀਕਰਨ ਦੇ ਵਿਰੁੱਧ ਇਹ ਦਿਨ ਅਸੀਂ ਮਨਾ ਰਹੇ।
17 मार्च नू सांझी एक मीटिंग असी सदी है जिदे विच आल इंडिया लेवल दीआं जिहड़ीआं ट्रेन यूनियन नाल ट्रक आपरेटर बसां वाले सतारा तरीक नू आल इंडिया लेवल दी ट्रेन यूनियन दी मीटिंग बुलाई है असी नाल उहनां दे ਜਿਹੜੇ ਕਾਰਪੋਰੇਟ ਟਰਾਂਸਪੋਰਟਰ ਹੈ ਟਰੱਕ ਆਪਰੇਟਰ ਹੈ ਪੂਰੇ ਇੰਡੀਆ ਲੈਵਲ ਦੇ ਬੱਸਾਂ ਵਾਲੇ ਹੈ ਉਹਨਾਂ ਨੂੰ ਵੀ ਅਸੀਂ ਸੱਦਾ ਦਿੱਤਾ ਤਾਂ ਕਿ ਅਸੀਂ ਭਾਰਤ ਬੰਦ ਕਰਨ ਦਾ ਫੈਸਲਾ ਲੈਣਾ ਉਹ ਕਨਵੈਨਸ਼ਨ ਅਸੀਂ ਸਿੰਘੂ ਬਾਰਡਰ ਤੇ ਕਰਾਂਗੇ 17 ਤਰੀਕ ਨੂੰ ਸਾਰੇ ਨੇ ਕੋਈ ਵੀ ਜਥੇਬੰਦੀ ਬਾਹਰ ਨਹੀਂ ਰਹੂਗੀ ਉਹਦੇ ਵਿੱਚੋਂ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਇਹ ਸਿਰਫ ਤੇ ਸਿਰਫ ਕਿਸਾਨ ਮੋਰਚਾ ਨਾ ਰਹਿ ਕੇ ਇਹ ਜਨ ਮੋਰਚਾ ਬਣ ਚੁੱਕਾ ਹੈ ਜਨ ਅੰਦੋਲਨ ਬਣ ਚੁੱਕਾ ਹੈ ਇਸ ਲਈ ਅਸੀਂ ਸਾਰੇ ਉਹ ਜਨ ਅੰਦੋਲਨ ਨੂੰ ਇਹਦੇ ਵਿੱਚ ਸ਼ਾਮਲ ਕਰਨ ਦੇ ਲਈ ਇਹ ਮੀਟਿੰਗ ਅਸੀਂ ਬੁਲਾਈ ਹੈ 17 ਤੇ ਚਲੋ ਇਹਦੀ ਡੇਟ ਜਿਹੜਾ ਭਾਰਤ ਬੰਦ ਕਰਨਾ ਅਸੀਂ ਉਹਦੀ 26 ਤਰੀਕ ਅਸੀਂ ਤੈਅ ਕੀਤੀ ਹੈ ਉਹਨਾਂ ਦੂਸਰਿਆਂ ਨੂੰ ਸ਼ਾਮਲ ਕਰ ਲਾਂਗੇ 26 ਤਰੀਕ ਅਸੀਂ ਇਸ ਲਈ ਤੈਅ ਕੀਤੀ ਹੈ ਕਿ 26 ਤਰੀਕ ਨੂੰ ਦਿੱਲੀ ਦੇ ਬਾਰਡਰਾਂ ਤੇ ਆਇਆਂ ਨੂੰ ਸਾਨੂੰ ਪੂਰੇ 4 ਮਹੀਨੇ ਹੋ ਜਾਣਗੇ ਉਹ 4 ਮਹੀਨੇ ਵਾਲਾ ਦਿਨ ਹੈ ਜਿਹੜਾ ਉਸ ਦਿਨ ਤੇ ਭਾਰਤ ਬੰਦ ਦੀ ਕਾਲ ਦਿੱਤੀ ਹੈ ਮੁਕੰਮਲ ਬੰਦ ਹੋਊਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁਝ ਵੀ ਨਹੀਂ ਚੱਲੂਗਾ ਨਾ ਸੜਕਾਂ ਤੇ ਚੱਲੂਗਾ ਨਾ ਰੇਲਵੇ ਟਰੈਕ ਤੇ ਚੱਲੂਗਾ ਨਾ ਕੋਈ ਅਜਿਹਾ ਅਦਾਰਾ ਜਿਹੜਾ ਖੁੱਲ੍ਹਾ ਰਹੂਗਾ ਮੁਕੰਮਲ ਬੰਦ ਹੋਊਗਾ ਸ਼ਾਂਤਮਈ ਹੋਊਗਾ ਜਿਹੜਾ 26 ਤਰੀਕ ਦਾ ਉਦੋਂ ਅੱਗੇ 19 ਮਾਰਚ ਨੂੰ ਅਸੀਂ ਮੰਡੀ ਬਚਾਓ ਖੇਤੀ ਬਚਾਓ ਤੇ ਮਜ਼ਾਰਾ ਲਹਿਰ ਦੇ ਸ਼ਹੀਦਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਇੱਕ ਮਜ਼ਾਰਾ ਲਹਿਰ ਚੱਲੀ ਅੱਗੇ ਪਿੰਡ ਕਿਸ਼ਨਗੜ੍ਹ ਦੇ ਵਿੱਚ ਉਹ ਮਜ਼ਾਰਾ ਲਹਿਰ ਦਾ ਅਸੀਂ ਦਿਨ ਮਨਾਉਂਦੇ ਹਾਂ ਉਹ ਵੀ ਅਸੀਂ ਫੈਸਲਾ ਕੀਤਾ ਕਿ ਇਤਕੀ ਬਾਰਡਰਾਂ ਦੇ ਉੱਪਰ ਹੀ ਮਜ਼ਾਰਾ ਲਹਿਰ ਦਾ ਜਿਹੜਾ ਦਿਨ ਆ ਉਹ ਮਨਾਇਆ ਜਾਊਗਾ ਮੰਡੀ ਬਚਾਓ ਦੇ ਨਾਲ ਜਿਹੜਾ ਹੁਣੇ ਇਹਨਾਂ ਨੇ ਫੈਸਲਾ ਲਿਆ FCI ਨੇ ਕਿ ਜਿਹੜੇ ਕਿਸਾਨ ਦੇ ਕੋਲੇ ਮਾਲਕੀ ਜ਼ਮੀਨ ਦੇ ਕਾਗਜ਼ ਹੋਣਗੇ ਉਹਨਾਂ ਤੋਂ ਹੀ ਅੱਗੇ ਕਣਕ ਦੀ ਖਰੀਦ ਕੀਤੀ ਜਾਊਗੀ ਜਿਨ੍ਹਾਂ ਕੋਲੇ ਨਹੀਂ ਹੋਣਗੇ ਉਹ ਕਾਗਜ਼ਾਤ ਜਮ੍ਹਾਂਬੰਦੀ ਨਹੀਂ ਹੋਊਗੀ ਗਿਰਦਾਵਰੀਆਂ ਨਹੀਂ ਹੋਣਗੀਆਂ ਉਹਨਾਂ ਦੀ ਫਸਲ ਨਹੀਂ ਖਰੀਦੀ ਜਾਊਗੀ ਅਸੀਂ ਸਮਝਦੇ ਹਾਂ ਕਿ ਇਹ ਜਿਹੜੇ ਤਿੰਨੇ ਕਾਲੇ ਕਾਨੂੰਨ ਬਣਾਏ ਆ ਇਹਨਾਂ ਕਾਨੂੰਨਾਂ ਦਾ ਹੀ ਹਿੱਸਾ ਹੈ ਕਿ ਕਿਹੜੇ ਢੰਗ ਨਾਲ ਉਹ ਕਣਕ ਦੀ ਖਰੀਦ ਤੋਂ ਪਿੱਛੇ ਹਟਣਾ ਪੰਜਾਬ ਦੇ ਵਿੱਚ ਬਹੁਤ ਸਾਰੇ ਹਰਿਆਣੇ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਹੈ ਜਿਹੜੇ ਜ਼ਮੀਨਾਂ ਦੇ ਮਾਲਕ ਨਹੀਂ ਠੇਕੇ ਉੱਪਰ ਲੈ ਕੇ ਉਹ ਖੇਤੀ ਕਰਦੇ ਆ ਤੇ ਉਹ ਜਿਹੜੇ ਠੇਕੇ ਵਾਲੇ ਲੋਕ ਨੇ ਉਹ ਮਤਲਬ ਬਾਹਰਲੀਆਂ ਕੰਟਰੀਆਂ ਦੇ ਵਿੱਚ ਬੈਠੇ ਨੇ ਤੇ ਉਹਨਾਂ ਦੀਆਂ ਜ਼ਮੀਨਾਂ ਤੇ ਖੇਤੀ ਅਸੀਂ ਕਰਦੇ ਹਾਂ ਇਹਦਾ ਮਤਲਬ ਇਹ ਹੋਊਗਾ ਕਿ ਸਾਡੇ ਪਾਸ ਉਹ ਕਾਗਜ਼ਾਤ ਨਹੀਂ ਹੋਣਗੇ ਤੇ ਸਾਡੀ ਜਿਹੜੀ ਫਸਲ ਹੈ ਉਹ ਨਹੀਂ ਮਤਲਬ ਖਰੀਦੀ ਜਾਊਗੀ ਇਹ ਵੀ ਇਸ ਕਰਕੇ ਅਸੀਂ ਜਿਹੜਾ ਇਹ ਖੇਤੀ ਬਚਾਓ ਮੰਡੀ ਬਚਾਓ ਮਜ਼ਾਰਾ ਲੈ ਦੇ ਸ਼ਹੀਦਾਂ ਦਾ 19 ਮਾਰਚ ਉਹਨਾਂ ਨੂੰ ਅਸੀਂ ਸਮਰਪਿਤ ਕੀਤਾ 19 ਮਾਰਚ ਨੂੰ ਜਿਹੜਾ ਮੈਂ ਪਹਿਲਾਂ ਬੋਲ ਚੁੱਕਿਆ ਕਿ ਉਸ ਢੰਗ ਦੇ ਨਾਲ ਅਸੀਂ SDMA ਨੂੰ ਮੰਗ ਪੱਤਰ ਦੇ ਕੇ ਤੇ ਇੱਥੇ ਜਿਹੜਾ ਮਜ਼ਾਰਾ ਲੈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਇਹ ਦਿਨ ਮਨਾਵਾਂਗੇ 23 ਮਾਰਚ ਨੂੰ ਅਸੀਂ ਸਾਰੇ ਜਾਣਦੇ ਹਾਂ ਸ਼ਹੀਦ ਆਜ਼ਮ ਭਗਤ ਸਿੰਘ ਜਿਨ੍ਹਾਂ ਨੇ ਕਾਰਪੋਰੇਟ ਘਰਾਣਾ ਦੇ ਵਿਰੋਧ ਦੇ ਵਿੱਚ ਕਾਰਪੋਰੇਟਾਂ ਨੂੰ ਭਜਾਓ ਤੇ ਦੇਸ਼ ਨੂੰ ਆਜ਼ਾਦ ਕਰਾਓ ਅੰਗਰੇਜ਼ਾਂ ਨੂੰ ਭਜਾਓ ਦਾ ਸੱਦਾ ਦਿੱਤਾ ਔਰ ਉਹਨਾਂ ਨੇ ਫਾਂਸੀ ਦਾ ਰੱਸਾ ਜਿਹੜਾ ਚੁੰਮਿਆ ਉਸ ਦਿਨ ਤੇ ਰਾਜਗੁਰੂ ਸੁਖਦੇਵ ਸਰਦਾਰ ਭਗਤ ਸਿੰਘ ਉਹਨਾਂ ਦਾ ਸ਼ਹੀਦੀ ਦਿਹਾੜਾ ਸੀ ਉਹ ਵੀ ਬਾਰਡਰਾਂ ਦੇ ਉੱਪਰ ਹੀ ਬਣਾਉਣ ਦਾ ਫੈਸਲਾ ਕੀਤਾ ਅਸੀਂ ਸੱਦਾ ਦੇਵਾਂਗੇ ਸਾਰੇ ਹਰਿਆਣੇ ਦੇ ਭਾਰਤ ਦੇ ਪੰਜਾਬ ਦੇ ਜਿਹੜੇ ਨੌਜਵਾਨ ਕਿ ਉਹ ਯੂਥ ਸਾਰੇ ਦਾ ਸਾਰਾ ਉਹੀ ਪੱਗ ਜੋ ਭਗਤ ਸਿੰਘ ਦੇ ਬੰਨੀ ਸੀ ਉਹ ਪੱਗਾਂ ਬੰਨ ਕੇ ਦਿੱਲੀ ਵੱਲ ਨੂੰ ਵਹੀਰਾਂ ਕੱਤਣ ਤੇ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਇਹਨਾਂ ਬਾਰਡਰਾਂ ਦੇ ਉੱਪਰ ਹੀ ਮਨਾਇਆ ਜਾਵੇ ਉਸ ਤੋਂ ਅੱਗੇ ਹਾਂ ਹੋਲੇ ਮਹੱਲੇ ਦਾ ਸੀ ਇੱਕ ਏਜੰਡਾ ਸਾਡੇ ਕੋਲ ਆਇਆ ਪੰਜਾਬ ਦੀਆਂ 32 ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਅਸੀਂ ਉਹ ਜਿਹੜਾ ਫੈਸਲਾ ਕਰਾਂਗੇ ਅੱਜ ਦੀ ਮੀਟਿੰਗ ਦੇ ਵਿੱਚ ਇਹ ਜਿਹੜੇ ਪ੍ਰੋਗਰਾਮ ਹੈ ਇਹਨਾਂ ਦਾ ਅਸੀਂ ਐਲਾਨ ਕਰਦੇ ਹਾਂ ਤੇ ਨਾਲ ਜਿਹੜਾ ਮੋਰਚਾ ਸਾਡਾ ਚੱਲ ਰਿਹਾ ਜੇ ਆਉਂਦੀ ਤਿਉਂ ਚੱਲੂਗਾ ਬੇਸ਼ੱਕ ਉਹ ਹਾੜੀ ਦਾ ਸੀਜ਼ਨ ਹੋਵੇ ਬੇਸ਼ੱਕ ਉਹ ਗਰਮੀ ਦਾ ਸੀਜ਼ਨ ਹੋਵੇ ਅਸੀਂ ਪੂਰੀ ਉਹਦੀ
ਵਿਉਂਤਬੰਦੀ ਕਰ ਲਈ ਹੈ ਤੇ ਨਾਲ ਜੋ ਪੰਜ ਸਟੇਟਾਂ ਦੇ ਵਿੱਚ ਚੋਣਾਂ ਹੋ ਰਹੀਆਂ ਉਹਨਾਂ ਚੋਣਾਂ ਦੇ ਵਿੱਚ ਜੋ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਕਿ ਬੀਜੇਪੀ ਨੂੰ ਸਭ ਕੁਝ ਸਿਖਾਓ ਉਹ ਸਾਡੇ ਸੰਯੁਕਤ ਮੋਰਚੇ ਦੇ ਜਿਹੜੇ ਲੀਡਰ ਸਾਹਿਬਾਨ ਹੈ ਉਹ ਵੱਖ ਵੱਖ ਸਟੇਟਾਂ ਦੇ ਵਿੱਚ ਰਵਾਨਾ ਹੋ ਚੁੱਕੇ ਆ ਉਹ ਪ੍ਰਚਾਰ ਆਪਦਾ ਚੋਣਾਂ ਦਾ ਕਰਨਗੇ ਅਸੀਂ ਪ੍ਰਚਾਰ ਸਾਡਾ ਸੰਯੁਕਤ ਮੋਰਚੇ ਦਾ ਉਹਨਾਂ ਕਿਸਾਨਾਂ ਤੱਕ ਲੈ ਕੇ ਜਾਵਾਂਗੇ ਕਿ ਇਹ ਕਿਸਾਨਾਂ ਨੂੰ ਕਿਵੇਂ ਗਬਰਾਹ ਕਰ ਰਹੇ ਆ ਕਿਵੇਂ ਜ਼ਮੀਨਾਂ ਹਥਿਆ ਰਹੇ ਆ ਕਿਵੇਂ ਖੇਤੀ ਖੋ ਰਹੇ ਆ ਤੇ ਕਿਵੇਂ ਹਰਾਸਮੈਂਟ ਕਿਸਾਨਾਂ ਦੀ ਹੋ ਰਹੀ ਹੈ ਤੇ ਨਾਲ ਰਿਪਰੈਸ਼ਨ ਹੈ ਜਿਹੜਾ ਝੂਠੇ ਕੇਸ ਬਣਾ ਕੇ ਇਰਾਦਾ ਕਤਲ ਦੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਆ ਤੇ ਉਹ ਰਿਪਰੈਸ਼ਨ ਹੈ ਜਿਹੜਾ ਉਹ ਵੀ ਅਸੀਂ ਸਾਰੇ ਭਾਰਤ ਦੇ ਵਿੱਚ ਉਹ ਪੰਜਾਂ ਸਟੇਟਾਂ ਦੇ ਵਿੱਚ ਲੈ ਕੇ ਜਾਵਾਂਗੇ ਇਹਦਾ ਜਿਹੜਾ ਚਿਹਰਾ ਬੀਜੇਪੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਉਹ ਅਸੀਂ ਲੋਕਾਂ ਦੇ ਵਿੱਚ ਜਾ ਕੇ ਆਪਣੀਆਂ ਸਟੇਜਾਂ ਤੋਂ ਕਿਸੇ ਦੀ ਪਾਰਟੀ ਦੀ ਸਪੋਰਟ ਦੇ ਵਿੱਚ ਨਹੀਂ ਜਾਵਾਂਗੇ ਕਿਸੇ ਨੂੰ ਵੋਟ ਦੇਣ ਨੂੰ ਨਹੀਂ ਕਹਾਂਗੇ ਸਿਰਫ ਇੱਕੋ ਹੀ ਗੱਲ ਕਹਾਂਗੇ ਕਿ ਕਿਸਾਨ ਵਿਰੋਧੀ ਜਿਹੜੀ ਬੀਜੇਪੀ ਹੈ ਇਹਨੂੰ ਸਬਕ ਸਿਖਾਓ ਅੱਜ ਦੀ ਮੀਟਿੰਗ ਦੇ ਸਾਡੇ ਇਹ ਪ੍ਰੋਗਰਾਮ ਸੋ ਹੁਣ ਤੱਕ ਦੀ ਜਾਣਕਾਰੀ ਦੇ ਲਈ ਇੰਨਾ ਹੀ।